ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵਾਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਕੈਨੇਡਾ ਤੋਂ ਰਿਪੋਰਟ ਹੈ ਨਹੀਂ ਹੋਣਗੇ ਪੰਜਾਬੀ ਵਿਦਿਆਰਥੀ ਪੀਐਮ ਜਸਟਨ ਟਰੂਡੋ ਨੇ ਦਿੱਤਾ ਇਹ ਭਰੋਸਾ ਤਾਂ ਦੋਸਤੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਦਿਆ ਸੰਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਤੇ ਉਹਨਾਂ ਨੇ ਆਖਿਆ ਹੈ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਹੋਈ ਧੋਖਾਧੜੀ ਤੋਂ ਜਾਣੂ ਹਾਂ ਤੇ ਪੀੜਤ ਵਿਦਿਆਰਥੀਆਂ ਨੂੰ ਆਪਣਾ ਪੱਖ ਰੱਖਣਾ ਦਾ ਮੌਕਾ ਦਿੱਤਾ ਜਾਵੇਗਾ ਤੇ ਉਹਨਾਂ ਨੇ ਆਖਿਆ ਹੈ ਕਿ ਸਾਡਾ ਮਕਸਦ ਹੈ ਪੀੜਤਾ ਨੂੰ ਸਜ਼ਾ ਦੇਣਾ ਨਹੀਂ ਉਹਨਾਂ ਦੇ ਨਾਲ ਨਿਆਂ ਹੋਵੇਗਾ ਤੇ ਪੀੜਤ ਵਿਦਿਆਰਥੀ ਆਪਣਾ ਪੱਖ ਰੱਖਣਗੇ ਤੇ ਇਹਨਾਂ ਨੂੰ ਇਨਸਾਫ਼ ਮਿਲੇਗਾ ਆਸੇ ਵਿਦਿਆਰਥੀਆਂ ਦੇ ਨਾਲ ਹੋਈ ਧੋਖਾਧੜੀ ਤੋਂ ਜਾਣੂ ਹਾਂ ਤੇ ਉਹਨਾਂ ਨੇ ਆਖਿਆ ਕਿ ਵਿਦੇਸ਼ੀ ਵਿਦਿਆਰਥੀ ਮੌਲਕਾ ਦੀ ਤਰੱਕੀ ਦੇ ਵਿੱਚ ਆ ਵੱਡਾ ਯੋਗਦਾਨ ਪਾ ਰਹੇ ਹਨ ਤੇ ਅਸੀਂ ਉਹਨਾਂ ਦੇ ਨਾਲ ਇਨਸਾਫ ਜ਼ਰੂਰ ਕਰਾਂਗੇ। ਅਗਲੀ ਵੱਡੀ ਖਬਰ ਹਜੇ ਨਹੀਂ ਹੋਣਗੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕੇਂਦਰ ਸਰਕਾਰ ਦੇ ਨਿਰਦੇਸ਼ ਮਗਰੋਂ ਵੀ ਕਈ ਅੜਕੇ। ਤਾਂ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ ਤੇ ਗੁਰਦੁਆਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਚੋਣਾਂਦਲ ਸੈਕਾ ਬੋਟਰਾਂ ਦੇ ਰਜਿਸਟ੍ਰੇਸ਼ਨਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਹੱਦ ਦੇ ਨਾਲ ਹੀ ਬੱਕ ਬੱਕ ਸਿਆਸੀ ਅਤੇ ਪੰਥਕ ਤਰਾਂ ਵੀ ਸਰਗਰਮ ਹੋ ਗੰਗਾ ਹੁੰਦੇ ਚਰਚਾ ਹੱਕ ਕੇ ਕੇਂਦਰ ਸਰਕਾਰ ਇਹ ਚੋਣਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਉਣ ਦੇ ਰੋਧ ਵਿੱਚ ਆ ਪਰ ਹੁਣ ਇਹ ਸੰਭਵ ਨਹੀਂ ਜਾ ਪ ਰਿਹਾ ਦਰਸਲ ਬੋਟਰਾਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕਾਫੀ ਲੰਬੀ ਹੈ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ ਹੀ ਸਾਲ ਤੋਂ ਬਾਅਦ ਦਾ ਸਮਾਂ ਲੱਗ ਸਕਦਾ ਹੈ ਤੇ ਇਸ ਲਈ ਅਗਲੇ ਸਾਲ ਮਾਰਚ-ਅਪ੍ਰੈਲ ਦੇ ਵਿੱਚ ਹੁਣ ਜਾ ਰੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਜਾਪ ਰਹੀਆਂ ਤੇ ਇਹ ਵੀ ਅਹਿਮ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਸਗੋ ਇਹਨਾਂ ਚੋਣਾਂ ਦੇ ਵਿੱਚ ਕੇਂਦਰ, ਸਾਸਤ, ਪ੍ਰਦੇਸ਼, ਚੰਡੀਗੜ੍ਹ, ਹਿਮਾਚਲ, ਹਰਿਆਣਾ ਦੇ ਸਖ ਵਿਭਾਗ ਲੈਂਦੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲੁਧਿਆਣਾ ਅਦਾਲਤੀ ਕੰਪਲੈਕਸ ਵਿੱਚ ਧਮਾਕੇ ਦੇ ਕਾਰਨ ਅਦਹਿਸ਼ਤ ਫੈਲੀ ਤਾਂ ਦੋਸਤੋ ਲੁਧਿਆਣਾ ਇੱਥੇ ਅਦਾਲਤ ਦੇ ਕੰਪਲੈਕਸ ਵਿੱਚ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ ਵਿੱਚ ਆ ਤਮਾਕੇ ਦੇ ਕਾਰਨ ਦਹਿਸ਼ਤ ਫੈਲ ਗਈ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਸਫਾਈ ਸੇਵਕਾਂ ਦੇ ਵੱਲੋਂ ਕੂੜੇ ਦੇ ਢੇਰ ਨੂੰ ਅੱਗ ਲਗਾਉਣ ਤੋਂ ਬਾਅਦ ਤਮਾਕਾ ਹੋਇਆ ਤੇ ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਤਮਾਕਾ ਕਿਸ ਚੀਜ਼ ਦੇ ਕਾਰਨ ਹੋਇਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੰਜਾਬ ਸਮੇਤ ਇਹਨਾਂ ਰਾਜਾਂ ਦੇ ਵਿੱਚ ਘਟੀਆਂ ਪੈਟਰੋਲ ਐ ਡੀਜ਼ਲ ਦੀਆਂ ਕੀਮਤਾਂ ਦੇਖੋ ਅੱਜ ਦੇ ਤਾਜ਼ਾ ਰੇਟ ਤਾਂ ਦੋਸਤੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਅੱਜ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ WTI ਕੱਚਾ ਤੇਲ 0.04 ਡਾਲਰ ਡੈੱਕ ਕੇ 72.59 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ ਇਸ ਦੇ ਨਾਲ ਹੀ ਬ੍ਰਾਇਟ ਕਰੂਡ ਹੈ 0.08 ਡਾਲਰ ਦੇ ਗਰਾਵਟ ਦੇ ਨਾਲ 76.87 ਡਾਲਰ ਪ੍ਰਤੀ ਬੈਰਲ ਤੇ ਵਕਰੀਤ ਦੇਖ ਦਿਆਂ ਤੇਲ ਮਾਰਕੀਟਿੰਗਾਂ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਮਹਾਰਾਸ਼ਟਰ ਵਿੱਚ ਅੱਜ ਪੈਟਰੋਲ ਦੀ ਕੀਮਤ ਵਿੱਚ 35 ਪੈਸੇ ਦੀ ਕਟੌਤੀ ਕੀਤੀ ਗਈ ਹੈ ਤੇ ਇੱਥੇ ਡੀਜ਼ਲ ਵੀ ਕੱਲ ਦੇ ਨਾਲੋਂ 35 ਪੈਸੇ ਸਸਤਾ ਹੋ ਗਿਆ ਹੈ ਤੇ ਪੰਜਾਬ ਦੇ ਵਿੱਚ ਵੀ ਪੈਟਰੋਲ 28 ਪੈਸੇ ਅਤੇ ਡੀਜ਼ਲ 27 ਪੈਸੇ ਸਸਤਾ ਹੋ ਗਿਆ। ਗੁਜਰਾਤ, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਅੱਜ ਦੇਖਦੇ ਜਿਆਦਾਤਰ ਸਵੇਰ ਨੇ ਵਾਚਾ ਸੁਬਾ ਪਦਰਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ 2000 ਰੁਪਏ ਦੇ ਨੋਟ ਤੇ ਛੜ ਗਿਆ ਨਵਾਂ ਵਿਵਾਦ ਜਾਣੋ ਕੀ ਹੈ ਪੂਰਾ ਮਾਮਲਾ ਤਾਂ ਦੋਸਤੋ ਭਾਰਤੀ ਜਨਤਾ ਪਾਰਟੀ ਦੁਆਰਾ ਬੰਦ ਕੀਤੇ ਜਾਣ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਭਾਈਪਾਤ ਸਤਾਧਾਰੀ ਪਾਰਟੀ ਤਾਮਲਨਾਡੂ ਕਾਂਗਰਸ ਆਸ਼ਾਪ ਦੇ ਜੰਗਰ ਵਿੱਚ ਉਲਝ ਗਈ ਪੱਛਮੀ ਬੰਗਾਲ ਸਰਕਾਰ ਦੇ ਇੱਕ ਮੰਤਰੀ 2000 ਰੁਪਏ ਦੇ ਨੋਟਾਂ ਦੇ ਵਿੱਚ 오ਡੀਸਾ ਰੇਲ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤੇ ਮੁਆਵਜ਼ਾ ਦੇ ਰਹੇ ਸਨ ਪੰਜਵੇਂ ਬੰਗਾਲ ਪਾਇਪਾ ਦੇ ਪ੍ਰਦੇਸ਼ ਪ੍ਰਧਾਨ ਸ਼ੁਕਾਂਤ ਮಜುਮਦਾਰ ਨੇ ਟਵਿੱਟਰ ਤੇ ਇੱਕ ਵੀਡੀਓ ਪੋਸਟ ਕੀਤਾ ਜਿਹਦੇ ਵਿੱਚ ਇਕੱਠੇ ਤੌਰ ਤੇ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਇੱਕ ਪਰਿਵਾਰ ਨੂੰ 2000 ਰੁਪਏ ਦੇ ਨੋਟਾਂ ਦੇ ਨਾਲ ਭਰੇ ਕੈਸ਼ ਬੰਡਲ ਫੜੇ ਹੋਏ ਦਿਖਾਇਆ ਗਿਆ ਹੈ। ਉਹ ਮಜುਮਦਾਰ ਅਨੁਸਾਰ 오ਡੀਸਾ ਦੇ ਬਲਾਸੌਰ ਦੇ ਬਚਾਰੀ ਰਹਾਲਸਰ ਵਿੱਚ ਇਹ ਪਰਿਵਾਰ ਦੇ ਇੱਕ ਮੈਂਬਰ ਨੂੰ ਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਇਹ ਪੈਸਾ ਮਿਲਿਆ ਸੀ। ਮਮਤਾ ਬੈਨਰਜੀ ਦੇ ਨਿਰਦੇਸ਼ ਅਤੇ ਸੁਭਰੇ ਇੱਕ ਮੰਤਰੀ ਤਰਨਮੂੜਾ ਕਾਂਗਰਸ ਪਾਰਟੀ ਦੇ ਵੱਲ ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਰਹੇ ਹਾਂ ਤੇ ਮੈਂ ਸ਼ਲਾਘਾ ਕਰਦਾ ਤੇ ਇਸ ਸلسل ਦੇ ਵਿੱਚ ਮੈਂ ਇਹ ਵੀ ਸਵਾਲ ਰੱਖ ਰਿਹਾ ਕਿ ਕੀ 2000 ਰੁਪਏ ਦੇ ਨੋਟਾਂ ਦੇ ਬੰਡਲ ਦਾ ਕੀ ਸਰੋਤ ਹੈ ਤੇ ਉਹਨਾਂ ਨੇ ਟਵੀਟ ਵਿੱਚ ਕਿਹਾ ਮਾਜਮੂਦਾਰ ਨੇ ਇਹ ਵੀ ਪੁੱਛਿਆ ਹੈ ਕਿ ਕੀ ਬੈਂਕਾਂ ਦੇ ਵਿੱਚ ਕਰੰਸੀ ਨੋਟ ਬਦਲਣ ਦੇ ਪ੍ਰਕਿਰਿਆ ਨੂੰ ਦੇਖਦੇ ਹੋਏ ਪੇੜਤਾ ਨੇ ਪਰਵਾਰਾਂ ਨੂੰ 2000 ਰੁਪਏ ਦੇ ਨੋਟ ਦੇਣਾ ਕੀ ਇੱਕ ਚੰਗਾ ਫੈਸਲਾ ਸੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀਆਂ ਬਾਅਦ ਸਖਦਨਾ ਹਨ ਮੁਸ਼ਕਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਣਾ ਬਾਲੀਆਂ ਹਨ ਦਰਅਸਲ ਚੰਨੀ ਹੋਣਾ ਭਾਣਜੇ ਭੁਪਿੰਦਰ ਸਿੰਘ ਹਣੀ ਨੂੰ ਲੈ ਕੇ ਵਿਜੀਲੈਂਸ ਅਦਾਰੇ ਅੱਗੇ ਹੰਤੇ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਨੇ ਡੀਜੀਪੀ ਦਫਤਰ ਤੋਂ ਚੰਨੀ ਦੇ ਵੱਲ ਆਪਣੇ ਭਾਣਜੇ ਨੂੰ ਦਿੱਤੇ ਗਏ ਸੁਰੱਖਿਆ ਬਾਰੇ ਜਾਣਕਾਰੀ ਮੰਗੀ ਹੈ ਇਸ ਨੇ ਕਮਾਂਡੋਜ਼ ਅਤੇ ਐਸ ਕਾਰਟ ਬਹਨਾ ਦਾ ਪੂਰਾ ਰਿਕਾਰਡ ਵੀ ਮੰਗਿਆ ਅਤੇ ਵਿਜੀਲੈਂਸ ਨੇ ਡੀਜੀਪੀ ਪੰਜਾਬ ਅਤੇ ਡੀਜੀਪੀ ਸੁਰੱਖਿਆ ਨੂੰ ਪੱਤਰ ਲੈ ਕੇ ਪੁੱਛਿਆ ਹੈ ਕਿ ਕਿ ਹਣੀ ਨੂੰ ਵੀਆਈਪੀ ਸੁਰੱਖਿਆ ਕਿਸ ਆਧਾਰ ਤੇ ਦਿੱਤੀ ਗਈ ਸੀ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰੀਏ ਦੱਸ ਰਿਹਾ ਕਿ ਇਸ ਤੋਂ ਪਹਿਲਾਂ ਵੀ ਭਾਣਜੇ ਦੇ ਖਿਲਾਫ ਨਜਾਇਜ਼ ਮਾਰਨਿੰਗ ਦਾ ਮਾਮਲਾ ਦਰਜ ਹੋ ਚੁੱਕਾ ਹੈ ਹਣੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਇਡੀ ਨੇ 3 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਹਣੀ ਦੇ ਟਿਕਾਣੇ ਤੋਂ ਕਰੀਬ 8 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ ਜਦਕੇ ਉਸ ਦੇ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ ਕਰੀਬ 2 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ ਬਨਵਾਰੀ ਲਾਲ ਪ੍ਰੋਹਿਤਾ ਪਾਕਿਸਤਾਨ ਦੇ ਉੱਤੇ ਇੱਕ ਦੋ ਵਾਰ ਸਰਜੀਕਲ ਸਟ੍ਰਾਈਕ ਹੋਵੇ ਤਾਂ ਦੋਸਤੋ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਪਾਕਿਸਤਾਨ ਤੇ ਇੱਕ ਦੋ ਵਾਰ ਸਰਜਿਕਲ ਸਟ੍ਰਾਈਕ ਹੋਣੀ ਚਾਹੀਦੀ ਹੈ ਤਾਂ ਹੀ ਪਾਕਿਸਤਾਨ ਨੂੰ ਸਬਕ ਮਿਲੇਗਾ ਰਾਜਪਾਲ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ਦੌਰਾਨ ਬੀਰਵਾ ਨੂੰ ਅੰਮ੍ਰਿਤਸਰ ਦੇ ਵਿੱਚ ਆ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਸੰਤ ਰਾਜਪਾਲ ਨੇ ਕਿਹਾ ਹੈ ਕਿ ਪਾਕਿਸਤਾਨ ਸਰਹੱਦੀ ਇਲਾਕੇ ਨੇ ਵਿੱਚ ਡਰੋਨ ਦੇ ਰਾਹੀਂ ਨਸ਼ੇ ਭੇਜ ਰਿਹਾ ਤੇ ਇਹ ਸਾਡੇ ਨਾਲ ਬਹੁਤ ਵੱਡੇ ਸਾਜ਼ਿਸ਼ ਕਰਿਆ ਤੇ ਬਦਵਾਰ ਨੂੰ ਪੰਚਾਇਤ ਸਰਪੰਚਾ ਦੇ ਨਾਲ ਬੈਠਕ ਦੇ ਦੌਰਾਨ ਰਾਜਪਾਲ ਨੇ ਧਰਮਕੋਟ ਰੰਧਾਵਾ ਦੇ ਵਿੱਚ ਵੀ ਪਾਕਿਸਤਾਨ ਨੂੰ ਸਬਕ ਕੌਣ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਸ ਦੇ ਲਈ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਪੀਲ ਕਰਨ ਦੀ ਲੋੜ ਹੈ। ਅਗਲੀ ਵੱਡੀ ਖਬਰ ਹੈ ਪੰਜਾਬ ਸੋਨੇ 18 ਸਵੇਰੇ ਨੇ ਵੇਚਿਆ ਬਾਰਸ਼ਾ ਦਿੱਲੀ ਐਨਸੀਆਰ ਤੇ ਯੂਪੀ ਬਿਹਾਰ ਦੇ ਵਿੱਚ 8 ਤੋਂ 11 ਜੂਨ ਦੇ ਦਰਮਿਆਨ ਚੜੇਗਾ ਪਰ ਰਾਜ ਤਾਂ ਨੇ ਦਲੇ ਸਮੇਤਾ ਦੇ ਦੇ ਕਈ ਹਿੱਸੇ ਨੇ ਬੈਚਾ ਬਦਲਦੇ ਮੌਸਮ ਦੇ ਕਾਰਨ ਗਰਮੀਆਂ ਦੇ ਵਿੱਚ ਵੀ ਲੋਕ ਸੁਹਾਵਨੇ ਮੌਸਮ ਦਾ ਆਨੰਦ ਮਾਣ ਰਹੇ ਹੰਤੇ ਰਗ ਰਗ ਕੇ ਪੈਰੀ ਬਰਸਾਤ ਤੇ ਬੂੰਦਾਬੰਦੀ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਐਸਾ ਦਰਾਂ ਲੋਕ ਮੌਨਸੂਨ ਦੇ ਅਪਡੇਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਭਾਰਤੀ ਮੌਸਮਾ ਵਿਭਾਗ ਦਾ ਇੱਕ ਤਾਜ਼ਾ ਅਪਡੇਟ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਆਈਐਮਡੀ ਦੇ ਮੁਤਾਬਕ 8 ਜੂਨ ਤੋਂ ਲੈ ਕੇ 11 ਜੂਨ ਦੇ ਦਰਮਿਆਨ ਤਾਪਮਾਨ ਵਧਣ ਦੀ ਸੰਭਾਵਨਾ ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ ਉਰਨਾਚਲ ਪ੍ਰਦੇਸ਼ ਹਰਿਆਣਾ ਉੱਤਰੀ ਪੰਜਾਬ ਅਤੇ ਸਿੱਕਮ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਮੂੰਗੀ ਦੇ ਕਾਸ਼ਤਕਾਰਾਂ ਦੇ ਹੁਣਗੇ ਬਾਰੇ ਨਿਆਰੇ ਪੰਜਾਬ ਸਰਕਾਰ ਦੇ ਹੁਲਾਰੇ ਮਗਰੋਂ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ ਤਾਂ ਦੋਸਤੋ ਪੰਜਾਬ ਦੇ ਵਿੱਚ ਮੂੰਗੀ ਦੇ ਕਾਸ਼ਤ ਮਾੜ ਵੱਧ ਸਕਦੇ ਆ ਪੰਜਾਬ ਸਰਕਾਰ ਦੇ ਆਲਾ ਸ਼ੇਰੀ ਮਗਰੋਂ ਹੁਣ ਕੇਂਦਰ ਸਰਕਾਰ ਨੇ ਵੀ ਮੂੰਗੀ ਦੇ ਕਾਸ਼ਤਕਰਨ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਮੂੰਗੀ ਦੀ ਐਮਐਸਪੀ 10.35% ਵਧਾ ਕੇ 8558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ ਤੇ ਇਹ ਪਿਛਲੇ ਸਾਲ 7755 ਰੁਪਏ ਸੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਸਾਰੀ ਮੂੰਗੀ ਐਮਐਸਪੀ ਦੇ ਉੱਪਰ ਖਰੀਦੀ ਜਾਵੇਗੀ। ਹਲਕਾ ਖੰਨਾ ਤੇ ਹਲਕਾ ਸਮਰਾਲਾ ਦੇ ਲੋਕਾਂ ਦੇ ਲਈ ਖੁਸ਼ਖਬਰੀ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਦੇ ਵੱਲੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆ ਜੀਟੀ ਰੋਡ ਟੂ ਚਾਵਾ ਸਮਰਾਲਾ ਬਾਇਆ ਰੂਪਾ ਬਗਲੇ ਦੇ ਹੜੂ ਸੜਕ ਨੂੰ ਮਜ਼ਬੂਤ ਕੀਤਾ ਜਾਵੇਗਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਾਜਨ ਸਿੰਘ ਹੈਟੋ ਨੇ ਇਹ ਜਾਣਕਾਰ ਦੰਦਾ ਦੱਸਿਆ ਕਿ ਇਹ ਹਲਕਾ ਖੰਨਾ ਤੇ ਸਮਰਾਲਾ ਦੇ ਬਹੁਤ ਹੀ ਮਹੱਤਵਪੂਰਨ ਤੇ ਆਵਾਜਾਈ ਵਾਲੀ ਸੜਕ ਹੈ ਤੇ ਹਲਕਾ ਖੰਨਾ ਨੂੰ ਹਲਕਾ ਸਮਰਾਲਾ ਦੇ ਨਾਲ ਜੋੜਦੀ ਹੈ ਉਹਨਾਂ ਨੇ ਦੱਸਿਆ ਕਿ ਇਸ ਸੜਕ ਨੂੰ 481.15 ਲੱਖ ਰੁਪਏ ਅਨੁਮਾਨਿਤ ਲਾਗਤ ਦੇ ਨਾਲ ਮਜ਼ਬੂਤਆ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਤੇ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਹੈ ਕਿ ਇਸ ਸੜਕ ਦੀ ਕੁੱਲ ਲੰਬਾਈ 4.5 ਕਿਲੋਮੀਟਰ ਅਤੇ ਚੜਾਈ 5.5 ਮੀਟਰ ਹੈ ਤੇ ਉਹਨਾਂ ਦੱਸਿਆ ਕਿ ਇਹ ਸੜਕ ਜੀਟੀ ਰੋਡ NH44 ਤੇ ਚਾਵਾ ਸਮਰਾਲਾ ਸੜਕ ODR ਸੁਪੰਜਾ ਨੂੰ ਆਪਸ ਵਿੱਚ ਜੋੜਦੀ ਹੈ ਕਿਸਾਨਾਂ ਨੂੰ ਹਰ ਮਹੀਨੇ ਸਰਕਾਰ ਦਿੰਦੀ ਹੈ 3000 ਰੁਪਏ ਭਰਨਾ ਪਵੇਗਾ ਬਸ ਇੱਕ ਫਾਰਮ ਤਾਂ ਦੋਸਤੋ ਖੇਤੀ ਪ੍ਰਧਾਨ ਦੇ ਸਬੰਧ ਵਿੱਚ ਸਰਕਾਰ ਬੱਕ ਬੱਕ ਜੋਇਨਾਮਾ ਦੇ ਰਾਹੀਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਆ ਤੇ ਅਜਾਹੀ ਇੱਕ ਜੋਇਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜੋਇਨਾ ਤੇ ਪ੍ਰਧਾਨ ਮੰਤਰੀ ਕਿਸਾਨ ਮਨਤਨ ਯੋਜਨਾ ਤੇ ਅਸਲ ਦੇ ਵਿੱਚ ਮਨਤਨ ਯੋਜਨਾ ਵਿੱਚ ਵੱਖਰੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ ਜਿਨ੍ਹਾਂ ਕਿਸਾਨਾਂ ਦਾ ਨਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਵਿੱਚ ਹੈ ਤੇ ਉਹ ਮਨਤਨ ਯੋਜਨਾ ਦੇ ਲਈ ਯੋਗ ਹਨ ਮਨਤਨ ਯੋਜਨਾ ਦੇ ਤਹਿਤ 60 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਦੇ ਵੱਲੋਂ ਹਰ ਮਹੀਨੇ 3000 ਰੁਪਏ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਤੇ ਜਿਸ ਲਈ ਕਿਸਾਨ ਨੂੰ ਵੱਖਰੇ ਤੌਰ ਤੇ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਹੈ ਕਿਸਾਨ ਸਨਮਾਨ ਨਿਦੇ ਜੋਇਨਾ ਮੰਨਤਾ ਨਾ ਜੋਇਨਾ ਤੋਂ ਪਹਿਲਾਂ ਤੁਹਾਨੂੰ ਕਿਸਾਨ ਸਨਮਾਨ ਨਿਦੇ ਜੋਇਨਾ ਬਾਰੇ ਪਤਾ ਹੋਣਾ ਚਾਹੀਦਾ ਦਰਸਲ ਐਸ ਸਕੀਮ ਦੇ ਨਾਲ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੰਦੀ ਆ ਹਾਲਾਂਕਿ ਇਹ 6000 ਰੁਪਏ ਇੱਕ ਸਾਲ ਦੇ ਵਿੱਚ ਕਿਸਾਨਾਂ ਦੇ ਬੈਂਕਾ ਖਾਤੇ ਵਿੱਚ ਸਿੱਧੇ 2-2000 ਰੁਪਏ ਦੀਆਂ ਤਨਕਸ਼ਤਾ ਦੇ ਰੂਪ ਵਿੱਚ ਦਿੱਤੇ ਜਾਂਦੇ ਹੰਤੇ ਇਹ ਕੈਸ਼ਤਾ ਹਰ 4 ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਹੈ ਕਿਵੇਂ ਮਿਲੇਗੀ ਪੈਨਸ਼ਨ ਪੈਨਸ਼ਨ ਲੈਣ ਦੇ ਲਈ ਕਿਸਾਨ ਨੂੰ ਸਿਰਫ ਇੱਕ ਫਾਰਮ ਭਰਨਾ ਪਵੇਗਾ ਦਰਸਲ ਜਿਨ੍ਹਾਂ ਕਿਸਾਨਾਂ ਦਾ ਨਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਬਹਿਚੇ ਸ਼ਾਮਲ ਹੈ ਤੇ ਉਹ ਕਿਸਾਨ ਮੰਤਾਨਾ ਯੋਜਨਾ ਦੇ ਤਹਿਤ 10000 ਰੁਪਏ ਦੇ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ ਫਾਰਮ ਭਰਨ ਤੋਂ ਬਾਅਦ ਮੰਤਾਨਾ ਯੋਜਨਾ ਦਾ ਪ੍ਰੀਮੀਅਮ ਸਰਕਾਰ ਦੇ ਵੱਲੋਂ ਸਨਮਾਨ ਨਿਧੀ ਯੋਜਨਾ ਦੇ ਤਹਿਤ ਦਿੱਤੇ ਗਏ 2000 ਰੁਪਏ ਦੇ ਵਿੱਚ ਆਪਣੇ ਆਪ ਕੱਟ ਲਿਆ ਜਾਵੇਗਾ ਤੇ ਜੇਕਰ ਤੁਸੀਂ ਉਹ ਫਾਰਮ ਪਰਿਆ ਹਤਾ ਸਨਮਾਨ ਨਦੀ ਦੇ ਪੈਸੇ ਜਾਰੀ ਹੁੰਨ ਤੋਂ ਬਾਅਦ ਮੰਤਨ ਜੋ ਇਹਨਾਂ ਦੇ ਵਿੱਚ ਆ ਪ੍ਰਾਪਤ ਪੈਨਸ਼ਨ ਦੇ ਲਈ ਲੋੜੀ ਦਾ ਪ੍ਰੀਮੀਅਮ ਹਸਾ ਖਾਤੇ ਵਿੱਚੋਂ ਕੱਟਿਆ ਜਾਵੇਗਾ ਤੇ ਤੁਹਾਨੂੰ ਬਕਰੇ ਧਾਰ ਤੇ ਇੱਕ ਪੈਸਾ ਵੀ ਅਦਾ ਕਰਨ ਦੀ ਲੋੜ ਨਹੀਂ ਐ ਤੇ ਜਿਵੇਂ ਹੀ ਤੁਹਾਡੀ ਉਮਰ 60 ਸਾਲਾ ਹੋਵੇਗੀ ਤੇ ਖਾਤੇ ਵਿੱਚੋਂ ਪੈਸੇ ਕੱਟਨੇ ਬੰਦ ਹੋ ਜਾਣਗੇ ਤੇ ਤੁਹਾਨੂੰ ਸਰਕਾਰ ਦੇ ਵੱਲ 3000 ਰੁਪਏ ਮਹੀਨਾ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇਗਾ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਮਤਲਬ ਹੈ ਕਿ 36000 ਰੁਪਏ ਸਾਲਾਨਾ ਇਸ ਸਕੀਮ ਦੇ ਲਈ ਤੁਹਾਡੀ ਉਮਰ 18 ਤੋਂ ਲੈ ਕੇ 40 ਸਾਲ ਦੇ ਵਿੱਚ ਕਾਰ ਹੋਣੀ ਚਾਹੀਦੀ ਹੈ ਤੇ ਇਸ ਸਕੀਮ ਦੇ ਵਿੱਚ ਉਮਰ ਦੇ ਹਿਸਾਬ ਦੇ ਨਾਲ ਪ੍ਰੀਮੀਅਮ ਕੱਟਿਆ ਜਾਂਦਾ ਹੈ ਤੇ ਤੁਹਾਡਾ ਪ੍ਰੀਮੀਅਮ ਘਟੋ ਘਟ 55 ਰੁਪਏ ਤੇ ਬਾਅਦ ਤੋਂ ਬਾਅਦ 2000 ਰੁਪਏ ਦਰੂਪਏ ਚ ਕੱਟਿਆ ਜਾਂਦਾ ਹੈ ਇਹ ਸਕੀਮ ਆਟਾ ਜ਼ਮੀਨ ਵਾਲੇ ਕਿਸਾਨਾਂ ਦੇ ਲਈ ਉਪਲਬਧ ਹੈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ 19 ਜੂਨ ਤੋਂ ਹੋਣ ਦੀ ਸੰਭਾਵਨਾ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ ਹੈ ਤੇ ਇਹ ਵਿਸ਼ੇਸ਼ ਸੈਸ਼ਨ 19 ਜੂਨ ਅਤੇ 20 ਜੂਨ ਹੋਣ ਦੀ ਸੰਭਾਵਨਾ ਹੈ ਖਬਰਾਂ ਹਨ ਕਿ ਮੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬੁલાਏ ਜਾਣ ਬਾਰੇ ਅਤੇ ਸੈਸ਼ਨ ਦੇ ਅਜੰਡੇ ਆਦ ਬਾਰੇ ਹਰੀ ਝੰਡੇ ਦੇ ਦਿੱਤੇ ਆ ਤੇ ਜਸਤੇ ਰਾਸਮੀ ਮੋਹਰਾ ਕੈਬਨਿਟ ਲਾਏਗੀ ਉਸ ਤੋਂ ਪਹਿਲਾਂ 10 ਜੂਨ ਜਾਂ 12 ਜੂਨ ਕੈਬਨਿਟ ਮੀਟਿੰਗ ਹੋਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਐਸਾ ਦੋ ਦਿਨਾਂ ਦੇ ਦੌਰਾਨ ਵਿਸ਼ੇਸ਼ ਸੈਸ਼ਨ ਅਹਿਮ ਬੱਲ ਲਿਆ ਸਕਦੀ ਹੈ